ਜੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਟਾਈਮ ਦੀ ਵੱਡੀ ਖਬਰ ਨਵੀਂ ਅਪਡੇਟ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਿੰਨੇ ਆ ਕਿ ਜਿਹੜੀ ਨਵੀਂ ਅਪਡੇਟ ਹੈ ਵੱਡੀ ਖਬਰ ਹੈ ਜੁੜੀ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਜਿੱਥੇ ਇੱਕ ਵੱਡਾ ਬਦਲਾਅ ਹੁੰਦਾ ਹੋਇਆ ਨਜ਼ਰ ਆ ਰਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇੱਕ ਵੱਡਾ ਬਦਲਾਅ ਹੋਗਾ ਕਿ ਸੁਖਬੀਰ ਬਾਦਲ ਜਿਹੜੇ ਨੇ ਆਪਣਾ ਪ੍ਰਧਾਨਗੀ ਤੋਂ ਅਸਤੀਫਾ ਦੇ ਰਹੇ ਨੇ ਤੇ ਨਾਲੇ ਨਵੇਂ ਪ੍ਰਧਾਨ ਨੂੰ ਚੁਣਿਆ ਜਾਵੇਗਾ ਕਿਉਂਕਿ ਸੁਖਬੀਰ ਬਾਦਲ ਦੇ ਸਕਦੇ ਨੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਤੇ ਹੁਣ ਨਵੇਂ ਪ੍ਰਧਾਨ ਚੁਣੇ ਜਾ ਸਕਦੇ ਨੇ ਇਦਾਂ ਦਾ ਵੱਡਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਲਵਿੰਦਰ ਭੁੰਦੜ ਹੋਣਗੇ ਅਕਾਲੀ ਦਲ ਦੇ ਅਗਲੇ ਪ੍ਰਧਾਨ ਕਾਫੀ ਜ਼ਿਆਦਾ ਚਰਚਾ ਚੱਲ ਰਹੀ ਹੈ ਇਸ ਟਾਈਮ ਦੀ ਕਿਉਂਕਿ ਪਾਰਟੀ ਵਿੱਚ ਜਿਹੜਾ ਹੈ ਵੱਡਾ ਇੱਕ ਬਦਲਾਅ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਚਰਚਾ ਹੋਈ ਹੈ ਕੀ ਹੋ ਸਕਦਾ ਹੈ ਬਦਲਾਵ ਤੇ ਸੁਖਬੀਰ ਬਾਦਲ ਜਿਹੜੇ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਸਕਦੇ ਨੇ ਸੰਗਰੂਰ ਦੀ ਹਾਰ ਤੋਂ ਬਾਅਦ ਕੱਲ ਹੁਣ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਦੱਸ ਦਿੰਨੇ ਆ ਕਿ ਇਸ ਟਾਈਮ ਦੀ ਇਹ ਖਬਰ ਜਿਹੜੀ ਕਾਫੀ ਜ਼ਿਆਦਾ ਚਰਚਾ ਵਿੱਚ ਚੱਲ ਰਹੀ ਹੈ ਦਫ਼ਤਰ ਵਿੱਚ ਨਹੀਂ ਬਲਕਿ ਕਿਤੇ ਹੋਰ ਥਾਂ ਤੇ ਬੈਠਕ ਕੀਤੀ ਜਾਵੇਗੀ ਅਜਿਹਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿਉਂਕਿ ਕੋਈ ਵੀ ਖਬਰ ਨਹੀਂ ਸਾਹਮਣੇ ਆਈ ਕਿ ਕਿੱਥੇ ਹੋਣਾ ਹੈ ਇਹ ਬੈਠਕ ਕਿੱਥੇ ਹੋਣੀ ਹੈ ਇਹ ਬੈਠਕ ਜਿਸ ਤੋਂ ਬਾਅਦ ਦੱਸ ਦਿੰਦੇ ਹਾਂ ਕਿ ਸਿਕੰਦਰ ਮਲੂਕਾ ਭੁੰਦੜ ਸਮੇਤ ਕਈ ਹੋਰ ਵੱਡੇ ਆਗੂ ਜਿਹੜੇ ਨੇ ਉਹ ਵੀ ਇਸ ਬੈਠਕ ਵਿੱਚ ਸ਼ਾਮਿਲ ਰਹਿਣਗੇ ਇਸ ਤੋਂ ਪਹਿਲਾਂ ਵੀ ਜਿਹੜੀ ਇੱਕ ਵਾਰ ਚਰਚਾ ਛਿੜੀ ਸੀ ਕਿ ਸੁਖਬੀਰ ਬਾਦਲ ਜਿਹੜੇ ਨੇ ਅਸਤੀਫਾ ਦੇ ਸਕਦੇ ਨੇ ਉਮੀਦ ਸੀ ਕਿ ਉਹ ਅਸਤੀਫਾ ਦੇਣਗੇ ਲੇਕਿਨ ਤੇ ਉਦੋਂ ਵੀ ਸਾਹਮਣੇ ਨਾਮ ਆਇਆ ਸੀ ਕਿ ਭੁੰਦੜ ਨੂੰ ਜਿਹੜਾ ਹੈ ਅਗਲਾ ਪ੍ਰਧਾਨ ਬਣਾਇਆ ਜਾਵੇਗਾ ਤੇ ਹੁਣ ਵੀ ਇਹ ਜਿਹੜੀ ਚਰਚਾ ਹੈ ਲਗਾਤਾਰ ਬਣੀ ਹੋਈ ਹੈ ਵਿਸ਼ਾ ਇੱਕ ਚਰਚਾ ਦਾ ਬਣ ਚੁੱਕਾ ਹੈ ਕਿ ਕੀ ਹੁਣ ਅਸਲ ਵਿੱਚ ਭੁੰਦੜ ਨੂੰ ਬਣਾ ਦਿੱਤਾ ਜਾਵੇਗਾ ਪ੍ਰਧਾਨ ਜਾਂ ਫਿਰ ਨਹੀਂ ਇਸ ਵਾਰ ਫਿਰ ਇੱਕ ਵੱਡਾ ਬਦਲਾਅ ਜਿਹੜਾ ਹੈ ਸੱਤਾ ਵਿੱਚ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਉਮੀਦ ਹੈ ਅਨੁਮਾਨ ਲਗਾਇਆ ਜਾ ਰਿਹਾ ਹੈ ਚਰਚਾ ਬਣੀ ਹੋਈ ਹੈ ਕਿ ਇਹ ਬਦਲਾਅ ਜਿਹੜਾ ਹੈ ਕਿਸ ਤਰੀਕੇ ਦਾ ਹੋਵੇਗਾ ਕਿ ਅਸਲ ਵਿੱਚ ਛੱਡ ਦੇਣਗੇ ਸੁਖਬੀਰ ਬਾਦਲ ਜਿਹੜੇ ਨੇ ਆਪਣੀ ਪ੍ਰਧਾਨਗੀ ਤੇ ਨਾਲ ਹੀ ਨਾਲ ਕੌਣ ਹੋਵੇਗਾ ਇਸ ਨਵੀਂ ਪ੍ਰਧਾਨਗੀ ਦਾ ਮਾਲਕ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਸਾਂਝ ਟੀਵੀ ਕਾਲੇ ਜਾਦੂ ਦੇ ਮਾਹਰ ਸਿੱਧ ਗੁਰੂ ਬੰਗਾਲੀ ਜੋ ਕਰਨਗੇ ਤੁਹਾਡੀ ਹਰ ਸਮੱਸਿਆਵਾਂ ਦਾ ਹੱਲ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਾਟਰੀ ਲਵ ਮੈਰਿਜ ਪਤੀ ਪਤਨੀ ਵਿੱਚ ਅਨਬਨ ਵਿਦੇਸ਼ ਵਿੱਚ ਪੱਕੇ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ ਇੱਕ ਹੀ ਘੰਟੇ ਵਿੱਚ ਸਮਾਧਾਨ ਪਾਓ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ ਹਰ ਪਾਸਿਓਂ ਨਾਰਾਜ਼ ਤੇ ਧੋਖਾ ਖਾ ਚੁੱਕੇ ਹੋ ਇੱਕ ਵਾਰ ਜ਼ਰੂਰ ਆਓ ਫੋਨ ਨੰਬਰ 98720 82400 91